ਕੋਈ ਐਕਟਰ ਆ ਜਰਨੈਲ ਸਿੰਘ ਜਰਨੈਲ ਸਿੰਘ ਉੱਥੇ ਪਹੁੰਚਿਆ ਆ ਕੇ ਸਾਨੂੰ ਆਖੇ ਕਹਿੰਦਾ ਯਾਰ ਤੁਸੀਂ ਛੋਟੀ ਜੀ ਗੱਲ ਨੂੰ ਕਾਤੋਂ ਇੱਡਾ ਵੱਡਾ ਕਰਦੇ ਹੋ ਵੀ ਇਹ ਤਾਂ ਛੋਟੀ ਜੀ ਗੱਲ ਆ ਭਈਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਨੀ ਕੋਈ ਛੋਟੀ ਗੱਲ ਆ ਜਾਗਦੇ ਜੋਤ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਨਹੀਂ ਤਾਂ ਕਾਤੀ ਨਹੀਂ ਹੈਗੀ ਉਹਨਾਂ ਦੇ ਮੂਹਰੇ ਵੀ ਖੜਨ ਦੀ ਉਹ ਨਕਲ ਕਰ ਰਹੇ ਨੇ ਕੀ ਬੇਅਦਵੀ ਨਹੀਂ ਇਹ ਤਾਂ ਡੰਮੀ ਗੁਰੂ ਐ ਪਰ ਇਹ ਤਾਂ ਹੋਰ ਵੀ بڑا ਸ਼ਬਦ ਐ ਬੇਅਦਵੀ ਵਾਲਾ ਜੋ ਬੇਅਦਵੀ ਤੋਂ ਵੀ ਉੱਪਰਲਾ ਸ਼ਬਦ ਬੋਲਤਾ ਨੇ ਡੰਮੀ ਬੀਤੇ ਦਿਨਾਂ ਇੱਕ ਤਸਵੀਰ ਸਾਹਮਣੇ ਆਈ ਜਿਸ ਤਸਵੀਰ ਨੇ ਹਰ ਇੱਕ ਨੂੰ ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਖਰਕਾਰ ਇਹ ਹੋ ਕੀ ਰਿਹਾ ਹੈ ਪੰਜਾਬ ਦੀ ਧਰਤੀ ਤੇ ਉੱਤੇ ਜਦੋਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਉਹਨਾਂ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਜਦੋਂ ਗੁਰੂ ਘਰਾਂ ਦੇ ਸੀਨ ਵਿਖਾਏ ਜਾਣੇ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਸੀਨ ਵਿਖਾਇਆ ਜਾਣਾ ਇੱਥੋਂ ਤੱਕ ਕਿ ਜਦੋਂ ਵਿਆਹ ਵਾਲੀਆਂ ਲਾਵਾਂ ਦਾ ਸੀਨ ਵਿਖਾਇਆ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਹੁਣ ਇਹਨਾਂ ਲੋਕਾਂ ਦਾ ਕਹਿਣਾ ਕਿ ਡੰਮੀ ਸਰੂਪ ਜਿਹੜੇ ਨੇ ਉੱਥੇ ਰੱਖੇ ਜਾਂਦੇ ਨੇ ਇਸ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਫਿਲਮ ਦਾ ਸੈੱਟ ਉਤਰਵਾਇਆ ਗਿਆ ਇਹ ਸਾਰੇ ਦੇ ਵਿੱਚ ਪਹੁੰਚੇ ਸਿੰਘਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਪਤਾ ਕਿਵੇਂ ਲੱਗਦਾ ਜਿਸ ਤਰੀਕੇ ਦੇ ਨਾਲ ਜਿਹੜਾ ਫਿਲਮ ਜਗਤ ਆ ਫਿਲਮ ਜਗਤ ਦੇ ਵੱਲੋਂ ਹੁਣ ਸਵਾਲ ਵੱਖਰੇ ਰੱਖੇ ਜਾ ਰਹੇ ਨੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਹੁਣੀ ਮੌਜੂਦ ਨੇ ਜਿਹੜੇ ਉਸ ਦਿਨ ਉਸ ਥਾਂ ਦੇ ਉੱਤੇ ਪਹੁੰਚਦੇ ਨੇ ਭਾਈ ਸਾਹਿਬ ਕਾਰਨ ਕੀ ਬਣਦਾ ਹੈ ਕਿ ਤੁਸੀਂ ਉਸ ਫਿਲਮ ਦੇ ਸੈੱਟ ਤੇ ਪਹੁੰਚਦੇ ਹੋ ਇਹ ਸਾਰਾ ਰੌਲਾ ਜਿੱਥੋਂ ਪੈਦਾ ਹੁੰਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਬਾਈ ਚਾਰਕ ਦਿਨ ਤੋਂ ਨਾ ਸਾਨੂੰ ਕੋਈ ਸਿੰਘ ਮੁੰਡਾ ਦੱਸ ਰਿਹਾ ਸੀ ਵੀ ਅੰਦਰ ਗੁਰੂ ਮਹਾਰਾਜ ਜੀ ਦੀ ਨਕਲ ਕੀਤੀ ਜਾ ਰਹੀ ਹੈ ਵੀ ਕੋਈ ਸੈੱਟ ਤਿਆਰ ਹੋ ਰਿਹਾ ਵਾ ਵੀ ਇਹਨਾਂ ਨੇ ਵਿਆਹ ਦੇ ਨੰਦਕਾਰਜ ਦੇ ਕੋਈ ਸੀਨ ਕਰਨੇ ਨੇ ਤੇ ਚਲੋ ਦੋ ਤਿੰਨ ਦਿਨਾਂ ਤੋਂ ਥੋੜੀ ਦੂਰੀ ਉੱਥੋਂ ਚੌਕੀਆ ਪੁਲਿਸ ਚੌਕੀ ਬਿਲਕੁਲ ਕੋਲੇ ਹੀ ਹੈ ਉੱਥੇ ਤੇ ਚਲ ਸਾਨੂੰ ਪਤਾ ਲੱਗਦਾ ਤੇ ਹਨਾ ਫਿਰ ਸਾਨੂੰ ਇੱਕ ਨਾ ਫੋਨ ਆਉਂਦਾ ਵੀ ਅੱਜ ਇਹਨਾਂ ਦਾ ਲਾਸਟ ਦਿਨ ਆ ਵੀ ਅੱਜ ਇਹਨਾਂ ਨੇ ਸੈੱਟ ਚੱਕ ਦੇਣਾ ਵਾ ਵੀ ਤੁਸੀਂ ਜਲਦੀ ਆ ਜਾਓ ਚਲੋ ਅਸੀਂ ਉੱਥੇ ਗਏ ਤੇ ਅਸੀਂ ਉੱਥੇ ਤੇ ਮਦਿਆਂ ਨਾਲ ਗੱਲ ਕੀਤੀ ਤੇ ਉਹ ਸਾਨੂੰ ਉਲਝਾਉਣ ਲੱਗੇ ਪੰਜਾਬੀ ਮੁੰਡੇ ਹੀ ਸੀਗੇ ਤੇ ਉਹ ਸਾਨੂੰ ਉਲਝਾਉਣ ਲੱਗੇ ਕਹਿੰਦੇ ਇੱਥੇ ਤਾਂ ਹੈ ਨਹੀਂ ਜਾਂ ਇਦਾਂ ਅਸੀਂ ਪਤਾ ਕਰਦੇ ਹਾਂ ਕਰਦੇ ਆ ਚਲੋ ਇਦਾਂ ਕਰਦੇ ਕਰਦੇ ਉਹਨਾਂ ਨੇ ਅੰਦਰ ਦਸਤਾਬੀ ਬਾਹਰ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਪੱਤਰਕਾਰ ਖੜੇ ਨੇ ਵੀ ਤੁਸੀਂ ਸੈੱਟ ਚੱਕ ਦੋ ਸਾਡੇ ਜਾਂਦੇ ਸੈੱਟ ਖੋਲਣ ਲੱਗੇ ਉਹ ਚਲੋ ਅਸੀਂ ਇੱਕਦਮ ਜਦੋਂ ਅੰਦਰ ਗਏ ਉਹ ਸੈੱਟ ਖੋਲ ਰਹੀ ਸੀ ਤਿੰਨ ਚਾਰ ਜੋੜੇ ਵਿਆਹ ਦੇ ਕੱਪੜੇ ਪਾਏ ਹੋਏ ਉਹਨਾਂ ਦੇ ਤੇ ਹਨਾ ਆ ਰਹੀ ਸੀ ਤੇ ਇਹ ਨਾ ਅੰਦਰ ਉਹਨਾਂ ਨੇ ਸੈੱਟ ਬਣਾਇਆ ਹੋਇਆ ਸੀਗਾ ਮਹਾਰਾਜ ਦੀ ਤਾਬੇ 'ਤੇ ਬੈਠਾ ਸੀਗਾ ਇੱਕ ਪਾਠੀ ਸਿੰਘ ਬੈਠਾ ਹੀ ਚੌਰ ਸਾਫ ਕਰ ਰਿਹਾ ਸੀ ਤੇ ਦੋ ਤਿੰਨ ਕੀਰਤਨ ਕਰ ਰਹੇ ਸੀਗੇ ਤੇ ਚਲੋ ਗਏ ਸਾਨੂੰ ਦੇਖ ਕੇ ਭੱਜਣ ਲੱਗੇ ਸੈੱਟ ਚੱਕਣ ਲੱਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕੋਈ ਉਹਨਾਂ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤੇ ਚਲੋ ਉੱਥੋਂ ਭੱਜ ਗਏ ਤੇ ਚਲੋ ਅਸੀਂ ਮੌਕੇ ਤੇ ਫਿਰ ਪ੍ਰਸ਼ਾਸਨ ਆ ਗਿਆ ਪੁਲਿਸ ਨੂੰ ਬੁਲਾਇਆ ਗਿਆ ਉਹ ਸਾਰਾ ਕੁਝ ਦਿਖਾਇਆ ਗਿਆ ਤਦੋਂ ਦਵਾਚੋ ਇੱਕ ਕੋਈ ਐਕਟਰ ਆ ਜਰਨੈਲ ਸਿੰਘ ਜਰਨੈਲ ਸਿੰਘ ਉੱਥੇ ਪਹੁੰਚਿਆ ਆ ਕੇ ਸਾਨੂੰ ਆਖੇ ਕਹਿੰਦਾ ਯਾਰ ਤੁਸੀਂ ਛੋਟੀ ਜੀ ਗੱਲ ਨੂੰ ਕਾ ਤੋ ਐਡਾ ਵੱਡਾ ਕਰਦੇ ਹੋ ਵੀ ਇਹ ਤਾਂ ਛੋਟੀ ਜੀ ਗੱਲ ਆ ਵੀ ਅਸੀਂ ਕਰ ਸਕਦੇ ਆ ਵੀ ਅਸੀਂ ਆਪਦੇ ਸੀਨ ਦਿਖਾਉਣੇ ਨੇ ਹੁਣ ਉਹਨੂੰ ਆਪਾਂ ਪੁੱਛੀਏ ਬਈ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਨੀ ਕੋਈ ਛੋਟੀ ਗੱਲ ਆ ਜਾਗਦੇ ਜੋਤ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਨਹੀਂ ਤਾਂ ਕਾਤੀ ਨਹੀਂ ਹੈਗੀ ਉਹਨਾਂ ਦੇ ਮੂਹਰੇ ਵੀ ਖੜਨ ਦੀ ਉਹ ਨਕਲ ਕਰ ਰਹੇ ਨੇ ਤੇ ਤੇ ਰੋਕੇ ਤੇ ਉਹ ਨਹੀਂ ਮੰਨੇ ਤੇ ਕਹਿੰਦੇ ਸਾਨੂੰ ਇਹਦਾ ਕੋਈ ਹੱਲ ਦੱਸੋ ਇਦਾਂ ਦੀ ਬੈਸਵਾਜੀ ਕਰਨ ਲੱਗੇ ਚਲੋ ਅਸੀਂ ਥਾਣੇ ਗਏ ਥਾਣੇ ਗੱਲ ਹੋਈ ਪਰ ਉਹ ਜਰਨੈਲ ਸਿੰਘ ਨੇ ਸਾਨੂੰ ਗੱਲ ਤੇ ਨਹੀਂ ਆਇਆ ਕਹਿੰਦਾ ਅਸੀਂ ਕਰਾਂਗੇ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਅਸੀਂ ਤਾਂ ਕਰਨਾ ਤੇ ਹੁਣ ਇਹਦੇ ਲਈ ਤਾਂ ਉਸ ਤੋਂ ਬਾਅਦ ਸ਼ੂਟਿੰਗ ਹੋਈ ਉੱਥੇ ਹੌਣ ਦਿੱਤੀ ਗਈ ਨਹੀਂ ਉਸ ਤੋਂ ਬਾਅਦ ਸ਼ੂਟਿੰਗ ਤਾਂ ਫਿਲਹਾਲ ਰੁਕ ਗਈ ਸੀਗੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਕਾਲ ਤਖਤ ਸਾਹਿਬ ਤੇ ਪਰਮਿਸ਼ਨ ਲਿਆਓ ਵੀ ਸੇ ਫੇਰ ਤੁਸੀਂ ਸ਼ੂਟਿੰਗ ਕਰ ਲਿਓ ਤੇ ਉਹ ਕਹਿੰਦੇ ਅਸੀਂ ਗੱਲ ਕਰ ਲਾਂਗੇ ਤੇ ਅਕਾਲ ਤਖਤ ਸਾਹਿਬ ਦਾ ਹਨ ਜੀਪੀਸੀ ਦਾ ਚਲੋ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਕਮੇਟੀ ਭੇਜੀ ਕੱਲ ਕਮੇਟੀ ਆਈ ਸੀਗੀ ਸਾਡੇ ਬਿਆਨ ਲੈ ਕੇ ਗਈ ਆ ਤੇ ਸਾਨੂੰ ਯਕੀਨ ਦਵਾ ਕੇ ਗਏ ਆ ਵੀ ਕਾਰਵਾਈ ਪੂਰੀ ਹੋਊਗੀ ਵੀ ਤੇ ਇਹ ਜੇ ਕੰਮਾਂ ਤੇ ਰੋਕ ਲੱਗੀ ਜਾਊਗੀ ਤੇ ਹੁਣ ਦੇਖਦੇ ਆ ਉੱਥੇ ਬੁਲਾਉਂਦੇ ਨੇ ਐਜੀਪੀਸ ਵਾਲੇ ਕੱਲ ਤੱਕ ਸਾਫ ਤੇ ਕੱਲ ਤੱਕ ਸਾਡੇ ਜਥੇਦਾਰ ਸਾਹਿਬ ਪਹੁੰਚਣਗੇ ਜਰ ਉੱਥੇ ਸਾਨੂੰ ਬੁਲਾਉਣਗੇ ਦੇਖਦੇ ਕੀ ਕਾਰਵਾਈ ਕਰਦੇ ਨੇ ਪਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਵਧੀਆ ਕਾਰਵਾਈ ਹੋਊਗੀ ਇਹ ਸਾਰੇ ਦੇ ਦਰਮਿਆਨ ਜੋ ਕੁਝ ਹੋਇਆ ਜੋ ਤੁਸੀਂ ਵੀ ਉੱਥੇ ਪਹੁੰਚੇ ਹੋ ਆਰੋਪ ਲੱਗਦੇ ਨੇ ਜਥੇਬੰਦੀਆਂ ਦੇ ਉੱਤੇ ਕਿ ਉੱਥੇ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਤੁਹਾਡੇ ਵੱਲੋਂ ਨੌਜਵਾਨਾਂ ਵੱਲੋਂ ਕੁੱਟਮਾਰ ਵੀ ਹੋਈ ਹੈ ਕੁਝ ਇਸ ਤਰ੍ਹਾਂ ਦੀ ਘਟਨਾ ਵੀ ਉੱਥੇ ਹੋਈ ਹੈ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਦੇਖਦਾ ਵੀ ਪੁਲਿਸ ਪਹੁੰਚੀ ਆ ਆਪਣੇ ਸਿੰਘ ਖੜੇ ਸਾਰੇ ਉੱਥੇ ਤਾਂ ਜੋ ਪੁਲਿਸ ਦਾ ਕੁਝ ਸਿਪਾਹੀ ਹੈ ਮੇਰੇ ਹਿਸਾਬ ਨਾਲ ਉਹ ਆਪਣੇ ਬੰਦਿਆਂ ਦੀ ਲਿਸਟਿੰਗ ਕਰ ਰਹੇ ਸਾਰੇ ਨੰਬਰ ਮੈਂ ਇਹਨੂੰ ਪੁੱਛਿਆ ਤੁਸੀਂ ਇਹ ਕਾਰਵਾਈ ਕਿਤੇ ਪਾ ਰਹੇ ਕਹਿੰਦੇ ਇਹ ਅਸੀਂ ਨੰਬਰ ਨੋਟ ਕਰ ਰਹੇ ਮੈਂ ਕਿਹ ਜੀ ਕਿਹੜੇ ਆਧਾਰ ਤੇ ਕਰ ਰਹੇ ਵੀ ਦੋਸ਼ੀ ਇਹ ਹੈ ਕਿ ਉਹ ਹੈ ਤਾਂ ਉਸ ਸਮੇਂ ਪੁਲਿਸ ਨੇ ਪ੍ਰਸ਼ਾਸਨ ਨੂੰ ਕੋਈ ਜਵਾਬ ਨਾ ਆਇਆ ਤਾਂ ਉਹਨਾਂ ਨੇ ਕਾਫੀ ਬੰਦ ਕਰ ਦਿੱਤੀ ਤਾਂ ਫਿਰ ਕਹਿਣ ਲੱਗੇ ਚਲੋ ਆਪਾਂ ਥਾਣੇ ਚੱਲ ਕੇ ਗੱਲਬਾਤ ਕਰਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਆਪਾਂ ਥਾਣੇ ਚਲੇ ਗਏ ਚਲੋ ਮੈਂ ਇਹਨੂੰ ਦੱਸਦਾ ਵੀ ਮੈਂ ਸਾਲੇ ਬੰਦੇ ਸਾਰੇ ਸੱਦੇਗੇ ਉੱਥੇ ਤਾਂ ਉਹ ਬੰਦੇ ਮੈਨੂੰ ਪਰਸਨਲੀ ਆ ਕੇ ਇਨਸਪੈਕਟਰ ਆਰ ਬੰਦੇ ਪਰਸਨਲੀ ਕਹਿ ਰਹੇ ਵੀ ਨਹੀਂ ਤੁਸੀਂ ਇਹ ਚੀਜ਼ ਨੂੰ ਹੁਣ ਇੱਥੇ ਹੀ ਦੰਬ ਕਰੋ ਸਾਡਾ ਨਾ ਜੋ ਸਿਸਟਮ ਚੱਲ ਰਿਹਾ ਚੈਨਲ ਦਾ ਕਲਰ ਚੈਨਲ ਜਿਹੜਾ ਵੀ ਸਾਡਾ ਨਾਟਕ ਚੱਲ ਰਿਹਾ ਵੀ ਆ ਸਾਨੂੰ ਅੱਜ ਕਰੰਦੋ ਅਸੀਂ ਸਵੇਰੇ ਦਿਖਾਉਣਾ ਹੈ ਜੇ ਅਸੀਂ ਨਾ ਕਰੇ ਸਾਡਾ ਕਿੰਨਾ ਨੁਕਸਾਨ ਹੋ ਜੂਗਾ ਸਾਡਾ ਬਹੁਤ ਜ਼ਿਆਦਾ ਘਾਟਾ ਪੈ ਜੂਗਾ ਪਰ ਅਸੀਂ ਨੂੰ ਬਾਰ ਬਾਰ ਸਮਝਾਇਆ ਵੀ ਦੇਖੋ ਜੋ ਸਾਡਾ ਸਿਧਾਂਤ ਹੈ ਤੁਹਾਨੂੰ ਸਿਧਾਂਤ ਤੇ ਥੋੜੀ ਘਾਬਾ ਅਸੀਂ ਤੁਹਾਡੀ ਨਾਲ ਕੋਈ ਬੈਰ ਨਹੀਂ ਉਹ ਥੋੜੀ ਸਾਡਾ ਸਿਧਾਂਤ ਨਾਲ ਪਿਆਰ ਹੈ ਅਸੀਂ ਸ ਸੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਾਂ ਉਸ ਤੋਂ ਬਾਅਦ ਚਲੋ ਡੀਐਸਪੀ ਸਾਹਿਬ ਮੌਕੇ ਤੇ ਪਹੁੰਚਦੇ ਚਲੋ ਹੋਰ ਪ੍ਰਵੰਤੇ ਦੇ ਸੱਜਣ ਕਾਫੀ ਬੰਦੇ ਆਏ ਪਰ ਮੁੱਖ ਦੀ ਗੱਲ ਨਚੋੜਾ ਇੱਥੇ ਆ ਕਿ ਹੋਣਾ ਉਹਨਾਂ ਨੂੰ ਅਸੀਂ ਬਾਰ-ਬਾਰ ਕਿਹਾ ਵੀ ਅਸੀਂ ਅਸੀਂ ਕੋਈ ਸਿੱਟੇ ਤੇ ਨਹੀਂ ਪਹੁੰਚ ਸਕਦੇ ਪਰ ਅਸੀਂ ਆਪਣੇ ਗੁਰੂ ਦੀ ਬੇਅਦਬੀ ਨਹੀਂ ਹੋਣ ਦੇ ਸਕਦੇ ਉਹਨਾਂ ਦਾ ਸਵਾਲ ਧੀ ਬੇਅਦਬੀ ਨਹੀਂ ਇਹ ਤਾਂ ਡੰਮੀ ਗੁਰੂ ਹੈ ਪਰ ਇਹ ਤਾਂ ਹੋਰ ਵੀ بڑا ਸ਼ਬਦ ਹੈ ਬੇਅਦਬੀ ਵਾਲਾ ਜੋ ਬੇਅਦਬੀ ਤੋਂ ਵੀ ਪਹਿਲਾ ਸ਼ਬਦ ਬੋਲਤਾ ਨੇ ਡੰਮੀ ਕੋਈ ਝੂਠਾ ਗੁਰੂ ਹੈ ਮਹਾਰਾਜ ਦੇ ਗਰਵਾਣੀ ਚ ਬਾਰ-ਬਾਰ ਕਹਿੰਦੇ ਵੀ ਸਾਡਾ ਗੁਰੂ ਪ੍ਰਗਟ ਗੁਰੂਆਂ ਕੀ ਦੇਹ ਗੁਰੂ ਹੈ ਤੇ ਆਪਾਂ ਦਾ ਅੰਮ੍ਰਿਤ ਜਗਾਂ ਨੇ ਸੱਤ ਸਤਾਰੇ ਪਤਾ ਨਹੀਂ ਕੀ ਆ ਗੋ ਜੋ ਵੀ ਕਰਿਆ ਉਹਦਾ ਹਾਲ ਤੱਕ ਵਿਵਾਦ ਨਹੀਂ ਨਿਬੜ ਰਿਹਾ ਕੌਮ ਚ ਸ੍ਰੀ ਕਾਲਤਾਕ ਸਾਹਿਬ ਤੇ ਹੋਰ ਕਿੰਨੇ ਜਥੇਬੰਦੀਆਂ ਇਹ ਚ ਬਾਰ ਬਾਰ ਚੱਲ ਰਹੀ ਤੇ ਇਹ ਉਹ ਗੱਲ ਨੂੰ ਇਹ ਛੋਟੀ ਦੱਸ ਕੇ ਆਪਣੀ ਗੱਲ ਨੂੰ ਬਿਲਕੁਲ ਖਤਮੇ ਕਰਨਾ ਚਾ ਰਹੇ ਵੀ ਇਹ ਤਾਂ ਡੰਮੀ ਗੁਰੂ ਹੈ ਵੀ ਕੋਈ ਵੱਡੀ ਗੱਲ ਨਹੀਂ ਇਹ ਲੈਕ ਆਫ ਨੋਲਜ ਦੱਸ ਰਿਹਾ ਜੋ ਕਿ ਸਰਾਸਰ ਝੂਠ ਹੈ ਕਿਉਂਕਿ ਜੇ ਤਾਂ ਇਹ ਲੈਕ ਆਫ ਨੋਲਜ ਤੁਹਾਡੇ ਬਾਰੇ ਹਾਂ ਸਾਡੇ ਬਾਰੇ ਕਹਿ ਰਹੇ ਕਿ ਲੈਕ ਆਫ ਨੋਲਜ ਹੈ ਪਰ ਇਹਨੂੰ ਦੱਸ ਦਈਏ ਕਿ ਜੋ ਅਸੀਂ ਵੀ ਸਾਰੇ ਜਿਹੜੇ ਹਿੰਦੁਸਤਾਨ ਦੀ ਪੜ੍ਹਾਈ ਵੀ ਕਰ ਚੁੱਕੇ ਆ ਅਸੀਂ ਗੁਰੂ ਵਾਲੀ ਪੜ੍ਹਾਈ ਕਰ ਚੁੱਕ ਅਰੇ ਵੀ ਸਤਾਂਦ ਗੁਰੂ ਦੇ ਜੋ ਸ੍ਰੀ ਕਾਲਤਾਸ ਜੀ ਦੀ ਮਰਿਆਦਾ ਪਹਿਲਾਂ ਤਾਂ ਉਸ ਤੇ ਆਜੋ ਕਿਤੇ ਵੀ ਗੁਰੂ ਸ੍ਰੀ ਕਾਲਤਾਸ ਆਪਾਂ ਨੂੰ ਪਰਿਵਿਸ਼ਣ ਦਿੰਦਾ ਕਿ ਆਪਾਂ ਲਾਵਾ ਦੀ ਝੂਠੀ ਵੀਡੀਓ ਸੱਚੀ ਵੀਡੀਓ ਚਿੱਤ ਕਿ ਗੁਰੂ ਸਾਡਾ ਇਕੋ ਸੱਚਾ ਗੁਰੂ ਹੈ ਉਸ ਤੋਂ ਇਲਾਵਾ ਸਾਡਾ ਕੋਈ ਗੁਰੂ ਨਹੀਂ ਹੈ ਜੇ ਲਾਵਾ ਦਾ ਸੀਨ ਕਰਨਾ ਉਹ ਕਹਨ ਪੁੱਛਦੇ ਕਹਿੰਦੇ ਕੋਈ ਸਬਸਟੀਟਿਊਟ ਦਿਓ ਅਸੀਂ ਕਹਿੰਦੇ ਸਬਸਟੀਟਿਊਟ ਸ੍ਰੀ ਕਾਲਤਾਸ ਜੀ ਤੇ ਜਾਓ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਮੀਟਿੰਗ ਕਰੋ ਜੋ ਵੀ ਦਨੇ ਤੁਸੀਂ ਕਰ ਲੋ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਆਪਣੇ ਵੱਲੋਂ ਕੋਈ ਇਦਾਂ ਦਾ ਕੋਈ ਸਬਸਟੀਟਿਊਟ ਨਹੀਂ ਦੇ ਸਕਦੇ ਜੀ ਸੋ ਇਹ ਸਾਰੀ ਘਟਨਾ ਤੋਂ ਬਾਅਦ ਬ ਸਵਾਲ ਤੁਹਾਡੇ ਤੋਂ ਬਹੁਤ ਹੋਏ ਜਦੋਂ ਅਸੀਂ ਉਹ ਵੀਡੀਓਜ਼ ਵੇਖੀਆਂ ਉਹਨਾਂ ਥੱਲੇ ਕਮੈਂਟ ਬਹੁਤ ਹੋਏ ਜਿਹੜੇ ਬਹੁਤ ਲੋਕ ਇਸ ਤਿਕਨਤੂ ਪਰੰਤੂ ਕਰ ਰਹੇ ਸੀ ਉਹ ਕਹਿੰਦੇ ਕਿ ਤੁਸੀਂ ਸਬਸਟੀਟਿਊਟ ਦਿਓ ਉਹਨਾਂ ਨੂੰ ਕੀ ਕਰ ਸਕਦੇ ਨੇ ਉਹ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਖਾਉਣਾ ਹੈ ਜਾਂ ਲਾਵਾਂ ਦਾ ਦਿਖਾਉਣਾ ਹੈ ਜਾਂ ਕਿਸੇ ਦੇ ਭੋਗ ਦਾ ਸੀਨ ਵਿਖਾਉਣਾ ਤੇ ਕਹਿੰਦੇ ਉੱਥੇ ਕਰਨ ਕੀ ਹੋ ਉੱਥੇ ਕੀ ਵਿਖਾਉਣ ਫਿਰ ਜੇ ਅਕਾਲ ਤਖਤ ਸਾਹਿਬ ਇਹ ਸਾਰਾ ਕਰਨ ਦੀ ਪਰਮਿਸ਼ਨ ਦੇ ਦੇਵੇ ਫਿਰ ਮੰਨਜੂਗੇ ਕਿ ਅਕਾਲ ਤਖਤ ਸਾਹਿਬ ਨੇ ਪਰਮਿਸ਼ਨ ਦੇ ਦਿੱਤੀ ਤਾਂ ਇਸ ਤਰ੍ਹਾਂ ਦਾ ਕੁਝ ਕਰ ਲਓ ਫਿਰ ਕਿੰਤੂ ਪਰੰਤੂ ਨਹੀਂ ਹੋਊਗਾ ਦੇਖੋ ਇਹ ਹੈ ਨਾ ਅਸੀਂ ਉਹਨਾਂ ਨੂੰ ਸੁਝਾ ਦਿੱਤਾ ਸੀ ਜਰਨੈਲ ਸਿੰਘ ਦੀ ਇਹ ਮੁੱਦੇ ਤੇ ਸਾਡੇ ਨਾਲ ਬੈਂਸ ਵੀ ਹੋਈ ਬਹੁਤ ਅਸੀਂ ਉਹਨੂੰ ਸਮਝਾਇਆ ਕਿ ਵੀ ਜੇ ਤੁਸੀਂ ਇਹ ਸੀਨ ਕਰਨਾ ਤੁਸੀਂ ਕੋਈ ਅਸਲੀ ਵਿਆਹ ਦਾ ਸੀਨ ਕੱਟ ਕੇ ਵਿੱਚ ਐਡ ਕਰ ਦਿਓ 2-4 ਸੈਕਿੰਡ ਦਾ ਸੀਨ ਹੁੰਦਾ ਜੇ ਤੁਸੀਂ ਇਦਾਂ ਵੀ ਨਹੀਂ ਕਰਨਾ ਤੁਸੀਂ ਨਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਾਲਕੀ ਸਾਹਿਬ ਗੁਰੂ ਮਹਾਰਾਜ ਦਾ ਕੋਈ ਉਹਨਾਂ ਦਾ ਦਿਖਾਓ ਤੁਸੀਂ ਮੂਰੇ ਸੈੱਟ ਤਿਆਰ ਕਰੋ ਆਪਦਾ ਫੁੱਲ ਵਗੈਰਾ ਜੋ ਕਰਨਾ ਤੁਸੀਂ ਕਰੋ ਪਰ ਹੈ ਨਾ ਪਾਲਕੀ ਸਾਹਿਬ ਤੇ ਗੁਰੂ ਵਾਲਾ ਸਿਸਟਮ ਨਾ ਕਰੋ ਤੁਸੀਂ ਘੁੰਮਦੇ ਦਿਖਾ ਦਿਓ ਆਪਦੀਆਂ ਲਾਵਾ ਦਿਖਾ ਦਿਓ ਫਿਰ ਇਹ ਦਿਖਾ ਦੋ ਕੌਤ ਦਿਖਾ ਦੋ ਪਰ ਇਹ ਨਾ ਕਰੋ ਜਾਂ ਤੁਸੀਂ ਸੀਨ ਵੈਸੇ ਤਾਂ ਜ਼ਰੂਰੀ ਨਹੀਂ ਹੈਗਾ ਇਹ ਸੀਨ ਕੋਈ ਏਡੇ ਕੋਈ ਸੀਰੀਅਲ ਫਿਲਮ ਤੇ ਇਹ ਸੀਨ ਬਿਨਾ ਵੀ ਤਾਂ ਚੱਲ ਸਕਦਾ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਹਿੰਦੇ ਅਸੀਂ ਆਪਣੇ ਬੱਚਿਆਂ ਦੀ ਸ਼ਾਦੀ ਦਾ ਦਿਖਾਉਣਾ ਹੁੰਦਾ ਇਹ ਕਿੜਾ ਕੋਈ ਅਸਲੀ ਸ਼ਾਦੀ ਆ ਵੀ ਬੱਚਿਆਂ ਦੀ ਅਸਲੀ ਦਿਖਾਉਣੀ ਆ ਜਾਂ ਤਾਂ ਹਾਂ ਫਿਰ ਜੇ ਉਹਨਾਂ ਨੇ ਕਰਨਾ ਫਿਰ ਜੇ ਸੀਰੀਅਲ ਜਗਾਨਾ ਫਿਰ ਪੱਕੇ ਤੌਰ ਤੇ ਕਰ ਲੈਣ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਕਲੀ ਨਹੀਂ ਹੋ ਸਕਦਾ ਇਹਦਾ ਤਾਂ ਹੁਣ ਹੱਲ ਜੇ ਐ ਜੀ ਪੀ ਸੀ ਜਾਂ ਕੱਲ ਤੱਕ ਸਭ ਤੇ ਹੁੰਦਾ ਪਰ ਆਪਾਂ ਨੂੰ ਉਮੀਦ ਆ ਕੱਲ ਤੱਕ ਸਭ ਇਦਾਂ ਦਾ ਕੋਈ ਹੁਕਮ ਨਹੀਂ ਜਾਰੀ ਕਰਨਗੇ ਕਿ ਨਕਲੀ ਗੁਰੂ ਪੜ੍ਹਨ ਸਕਦਾ ਬਾਕੀ ਬੈਠੇ ਨੇ ਸਿੱਖ ਵਿਦਵਾਨ ਬੈਠੇ ਨੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਵਾ ਉਹ ਕੋਈ ਹੱਲ ਲੱਭਣਗੇ ਤੇ ਕੱਲ ਆਏ ਸੀ ਐ ਜੀ ਪੀ ਸੀ ਕੱ ਉਹਨਾਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਐਸੀ ਉਹਨਾਂ ਨੇ ਸਾਨੂੰ ਭਰੋਸਾ ਦੇ ਗਿਆ ਤੇ ਕਰਦੇ ਪਰ ਸਾਨੂੰ ਉਮੀਦ ਆ ਵੀ ਇਦਾਂ ਦਾ ਕੋਈ ਹੁਕਮ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਂ ਦੀ ਡੰਮੀ ਬਣ ਸਕੇ ਕਿਉਂਕਿ ਗੁਰੂ ਸਾਹਮਣੇ ਤਾਂ ਖੜਨ ਦੀ ਈਕਾਤ ਨਹੀਂ ਆਪਾਂ ਡੰਮੀ ਕਿੱਦਾਂ ਤਿਆਰ ਕਰ ਲਾਂਗੇ ਜਦੋਂ ਦਸੋਂ ਗੁਰੂਆਂ ਦੀ ਨਹੀਂ ਹੋ ਸਕਦੀ ਤਾ ਉਹ ਗੁਰੂਗ੍ਰੰਥ ਸਾਹਿਬ ਦੀ ਕਿੱਦਾਂ ਕਹਿੰਦੇ ਤੇ ਇੱਕ ਹੋਰ ਵੱਡੀ ਗੱਲ ਉਹ ਬਾਰ-ਬਾਰ ਨਾ ਮਸਤਾਨੇ ਫਿਲਮ ਦਾ ਜਰਨਲ ਸਿੰਘ ਮਸਤਾਨੇ ਫਿਲਮ ਦੀ ਸਾਨੂੰ ਬਾਰ-ਬਾਰ ਕਹੀ ਗਿਆ ਵੀ ਤੁਸੀਂ ਮਸਤਾਨੇ ਫਿਲਮ ਤੇ ਰੋਕ ਕਿਉਂ ਨਹੀਂ ਲਗਾਈ ਵੈਸੇ ਚਲੋ ਆਪਾਂ ਮੰਨਦੇ ਆ ਏਦਾਂ ਦੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਗਲਤ ਪਰ ਮਸਤਾਨੇ ਫਿਲਮ ਵਿੱਚ ਗੁਰੂ ਸਾਹਿਬਾ ਦੀ ਕੋਈ ਡੰਮੀ ਨਹੀਂ ਕੀਤੀ ਗਈ ਕੋਈ ਗੁਰੂ ਸਾਹਿਬ ਦੀ ਨਕਲ ਨਹੀਂ ਕੀਤੀ ਗਈ ਉਹ ਇੱਕ ਬਦਨਿਆਬੀ ਬੰਦੇ ਤੇ ਅਰਦਾਸ ਦੀ ਤਾਕਤ ਦਿਖਾਈ ਗਈ ਆ ਚਲੋ ਵੈਸੇ ਸਹੀ ਤਾਂ ਨਹੀਂ ਸੀ ਉਹ ਵੀ ਦਿਖਾਉਣਾ ਪਰ ਗੁਰੂ ਸਾਹਿਬਾਂ ਦੀ ਉਹ ਚ ਕੋਈ ਬੇਅਦਬੀ ਨਹੀਂ ਕੀਤੀ ਗਈ ਏਡੀ ਪਰ ਇਹ ਮੰਨਿਆ ਹੀ ਨਹੀਂ ਹੈਗਾ ਇਹ ਮੰਨਦਾ ਨਹੀਂ ਕਹਿੰਦਾ ਅਸੀਂ ਕਰ ਸਕਦੇ ਹਾਂ ਤੁਸੀਂ ਨਹੀਂ ਰੋਕ ਸਕਦੇ ਕਹਿੰਦੇ ਅਸੀਂ ਤਾਂ ਆਪਣਾ ਦਿਖਾਉਣਾ ਜਾਨੀ ਇਹਨਾਂ ਨੇ ਮੁੱਖ ਪੈਸਾ ਰੱਖਿਆ ਹੋਇਆ ਵਾ ਹੁਣ ਤੁਸੀਂ ਦੇਖੋ ਜੇ ਇਸ ਤੋਂ ਬਾਅਦ ਥੋੜੇ ਇਸ ਦਾ ਕੁਝ ਨਹੀਂ ਹੁੰਦਾ ਮਤਲਬ ਇਸੇ ਤਰ੍ਹਾਂ ਦੁਬਾਰਾ ਸ਼ੂਟਿੰਗਾਂ ਦਾ ਦੌਰ ਚੱਲਦਾ ਫਿਰ ਰੁਕੂਗੇ ਉਸ ਉਹਨਾਂ ਸੈਟਾਂ ਦੇ ਉੱਤੇ ਜਾ ਕੇ ਕਿਉਂਕਿ ਬਹੁਤ ਸਾਰੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਵੀ ਸੀਨ ਵਿਖਾਏ ਜਾਂਦੇ ਨੇ ਬਹੁਤ ਸਾਰੀਆਂ ਸ਼ਾਰਟ ਫਿਲਮਸ ਬਣਦੀਆਂ ਨੇ ਬਹੁਤ ਸਾਰੇ ਕੁਝ ਜਿਹੜਾ ਵੈਬ ਸੀਰੀਜ਼ ਬਣਦੀਆਂ ਨੇ ਪਰ ਹਰ ਚੀਜ਼ ਦੇ ਵਿੱਚ ਜਿਹੜਾ ਜਿੱਥੇ ਸੀਨ ਆਉਣਾ ਲਾਵਾਂ ਫੇਰਿਆਂ ਦਾ ਕਿਸੇ ਭੋਗ ਦਾ ਤਾਂ ਉੱਥੇ ਵਿਖਾਏ ਜਾਂਦਾ ਗੁਰੂਗ੍ਰੰਥ ਸਾਹਿਬ ਦੇ ਜਿੱਥੇ ਤੱਕ ਸਾਨੂੰ ਪਤਾ ਲੱਗੂਗਾ ਵੀ ਇੱਥੇ ਆਹ ਸੀਨ ਹੋ ਰਿਹਾ ਵਾ ਅਸੀਂ ਜ਼ਰੂਰ ਜਾਵਾਂਗੇ ਅਸੀਂ ਰੋਕਾਂਗੇ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇਣੀ ਇਹ ਸਾ ਪਰ ਅਸੀਂ ਇਹ ਇਦਾਂ ਦੀ ਬੇਅਦਬੀ ਗੁਰੂ ਲਈ ਨਹੀਂ ਹੋਣ ਦੇਣੀ ਅਸੀਂ ਗੁਰੂ ਦੇ ਸੇਖਾਂ ਅਸੀਂ ਕਿੱਦਾਂ ਦੇਖ ਲਈਏ ਵੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹਾਂ ਜੇ ਕਾਲਤਾਕ ਸਾਹਿਬ ਇਹਨਾਂ ਨੂੰ ਕੋਈ ਹੱਲ ਕੱਢ ਕੇ ਦਿੰਦੇ ਆ ਇਹਨਾਂ ਕੋਲੇ ਲੈਕਤੀ ਪਰਮਿਸ਼ਨ ਹੈਗੀ ਆ ਤਾਂ ਫਿਰ ਉੱਤੇ ਵਿਚਾਰ ਕੀਤਾ ਜਾਊਗਾ ਪਰ ਇਹ ਇਦਾਂ ਇਹ ਕਰ ਨਹੀਂ ਸਕਦੇ ਹੈਗੇ ਗੁਰੂ ਦੀ ਕੋਈ ਨਕਲ ਨਹੀਂ ਹੋ ਸਕਦੀ ਤੁਹਾਡੇ ਵਾਰ ਤਾਂ ਇਹ ਵੀ ਕਹਿ ਰਹੇ ਕਹਿੰਦੇ ਪਰਚੇ ਤੋਂ ਡਰਦੇ ਭੱਜੇ ਉਥੋਂ ਨਹੀਂ ਅਸੀਂ ਉੱਥੇ ਮੌਜੂਦ ਸੀਗੇ ਜਰਨੈਲ ਸਿੰਘ ਖੁਦ ਭੱਜਿਆ ਵਾ ਅਸੀਂ ਉੱਥੇ ਤੁਸੀਂ ਸੀਸੀਟੀਵੀ ਕੈਮਰੇ ਲੱਗੇ ਆ ਰਿਕਾਰਡ ਕਰ ਦੇਖ ਸਕਦੇ ਹੋ ਕੌਣ ਭੱਜਿਆ ਕੌਣ ਨਹੀਂ ਜਦੋਂ ਇਹਨੂੰ ਗੱਲ ਨਹੀਂ ਆਈ ਇਹਨੂੰ ਪਤਾ ਵੀ ਮੈਂ ਗਲਤਾਂ ਗਲਤ ਬੰਦਾ ਹਮੇਸ਼ਾ ਭੱਜਦਾ ਹੁੰਦਾ ਸੀ ਉੱਥੇ ਸ਼ਾਮ ਨੂੰ ਆਏ ਆ ਉੱਥੇ ਕਾਗਜ਼ ਤਿਆਰ ਹੋਇਆ ਉੱਥੇ ਸਪੈਸ਼ਲ ਸਾਡੇ ਸਾਈਨ ਹੋਏ ਨੇ ਤੇ ਜਰਨੈਲ ਸਿੰਘ ਸੈਨਕਾਨ ਦੇ ਟਾਈਮ ਭੱਜ ਗਿਆ ਉਥੋਂ ਫੇਰੇ ਉੱਥੇ ਖੜਿਆ ਨਹੀਂ ਹੁਣ ਵੀ ਸਾਨੂੰ ਅਸੀਂ ਸਾਨੂੰ ਪਤਾ ਲੱਗਿਆ ਵਾ ਹੁਣ ਕੱਲ ਤੱਕ ਸਾਬ ਤੇ ਇਹਨੂੰ ਵੀ ਇਹਦੇ ਵੀ ਬਿਆਨ ਹੋਣੇ ਸੀ ਇਹਨੂੰ ਵੀ ਉੱਥੇ ਬੁਲਾਇਆ ਜਾਣਾ ਸੀ ਇਹ ਕਿਤੇ ਇਟਲੀ ਪਤਾ ਨਹੀਂ ਆਸਟ੍ਰੇਲੀਆ ਚਲੇ ਗਿਆ 12 ਦਿਨ ਲਈ ਇੱਥੋਂ ਭੱਜ ਗਿਆ ਜੇ ਸੱਚਾ ਸੀ ਪੇਸ਼ ਹੁੰਦਾ ਕਲਤਖ ਸਾਹਿਬ ਤੇ ਕਿਸੇ 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 ਹੋਰ ਫਿਲਮੀ ਐਕਟਰ ਨੇ ਵੀ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿ ਇਸ ਮਸਲੇ ਨੂੰ ਖਤਮ ਕਰੋ ਜਾਂ ਇਸ ਮਸਲੇ ਨੂੰ ਅੱਗੇ ਨਾ ਵਧਾਇਆ ਜਾਵੇ ਨਹੀਂ ਇਸ ਮਸਲੇ ਨੂੰ ਵਧਾਉਣ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰੇ ਇਹਨੂੰ ਕੜੀ ਮੰਗ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਉ ਇੱਕ ਮਰੰਡੇ ਦਾ ਮਲਕੀਤ ਸਿੰਘ ਰੌਣੀ ਹੈ ਉਹ ਵੀ ਇਸ ਪਿਛੇ ਦੇ ਬਹੁਤ ਚਿੰਤਾ ਦਿਖਾਈ ਦੇ ਰਿਹਾ ਕਿ ਵੀ ਇਹ ਨਹੀਂ ਇਹ ਰੋਕਣਾ ਨਹੀਂ ਚਾਹੀਦਾ ਵੀ ਇਹ ਕਰਨਾ ਚਾਹੀਦਾ ਕਿਉਂਕਿ ਸਾਰੇ ਫਿਲਮੀ ਜਗਤ ਨਾਲ ਜੁੜੇ ਹੋਏ ਲੋਕ ਹੈ ਚਲੋ ਸਾਡਾ ਇਹਨਾਂ ਪ੍ਰਤੀ ਪਹਿਲਾਂ ਵੀ ਸਤਿਕਾਰ ਸੀ ਚਲੋ ਸਤਿਕਾਰ ਸਾਡਾ ਜੀ ਚਲੋ ਪੰਜਾਬੀ ਜਗਤ ਨਾਲ ਸੰਬੰਧਿਤ ਨੇ ਪਰ ਚਲੋ ਹੁਣ ਇਹ ਨਾ ਕਿ ਗੁਰ ਪੱਕ ਫਿੱਕਾਦਾਰ ਦੇ ਫਿੱਕੇ ਲੋਕ ਇਸ ਤਰ੍ਹਾਂ ਇਹਨਾਂ ਦਾ ਮੁੱਖ ਧੰਦਾ ਪੈਸਾ ਜੋ ਗੁਰੂ ਸਾਹਿਬ ਨੂੰ ਸਿਰਫ ਆਪਣੇ ਹਿੱਤਾਂ ਲਈ ਵਰਤਦੇ ਨੇ ਜੋ ਗੁਰੂ ਸਾਹਿਬ ਸਾਰੀ ਦੁਨੀਆ ਦਾ ਗੁਰਬਾਣੀ ਦੀ ਤੁਕ ਹੈ ਵੀ ਕਿਰਤ ਘਲਾਂ ਨੂੰ ਪਾਲਦਾ ਇਹ ਤਾਂ ਕਿਰਤ ਕਰਨ ਵੀ ਪਾਲਦਾ ਪਰ ਇਹ ਆਪਾਂ ਇੰਨੇ ਜ਼ਿਆਦਾ ਕਿਰਤਕਰ ਨਹੀਂ ਹੋਣਾ ਕਿ ਆਪਾਂ ਗੁਰੂ ਸਾਹਿਬ ਤੋਂ ਪਾਸੀ ਵਟ ਲਈ ਨਹੀਂ ਸਾਨੂੰ ਵੀ ਡੰਮੀ ਗੁਰੂਏ ਚਾਹੀਦਾ ਅਸੀਂ ਤਾਂ ਆਪਣੀਆਂ ਲਾਮਾਂ ਦਿਖਾਉਣੀ ਸਾਨੂੰ ਗੁਰੂ ਦੇ ਸਿਧਾਂਤਾਂ ਦਾ ਕੋਈ ਮਤਲਬ ਨਹੀਂ ਤਾਂ ਜਿਹੜੀ ਗੱਲ ਰਹੀ ਹੈ ਵੀ ਝੂਠੇ ਮਕਾਬੇ ਰੂਮਰਸ ਫਲਾਈ ਜਾ ਰਹੇ ਵੀ ਇਹਨਾਂ ਨੇ ਉਥੇ ਪੰਨ ਤੋੜ ਕੀਤੀ ਕੋਈ ਪੰਨ ਤੋੜਨੀ ਹੋਈ ਚਲੋ ਡੀਐਸਪੀ ਸਾਹਿਬ ਆਏ ਤਾਂ ਉਹਨਾਂ ਨੇ ਸੰਗ ਬਿਠਾ ਕੇ ਰੱਖਿਆ ਸਿੰਘਾਂ ਨੂੰ ਵੀ ਉਹਨਾਂ ਨੇ ਕੋਈ ਬੰਦਾ ਭੇਜਿਆ ਆਪਣਾ ਮਾਹਿਰ ਵੀ ਸੀਸੀਟੀਵੀ ਫੁਟੇਜ ਕੱਢ ਕੇ ਲਿਆਓ ਵੀ ਫਿਰ ਆਪਾਂ ਅਗਲੀ ਪਰਚੇ ਦੀ ਗੱਲਬਾਤ ਕਰਦੇ ਜੋ ਵੀ ਚਲੋ ਆਪਾਂ ਕਾਰਵਾਈ ਦੀ ਗੱਲ ਹੋਈ ਤਾਂ ਉਹਨਾਂ ਦੇ ਸੀਸੀਟੀਵੀ ਕੈਮਰਾ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਝੂਠਾ ਪੈਣਾ ਪੈ ਗਿਆ ਉਹਨਾਂ ਕੋਈ ਸੀਸੀਟੀਵੀ ਦੀ ਕੋਈ ਫੁਟੇਜ ਹੈ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਜਰਨੈਲ ਸਿੰਘ ਤਾਂ ਉਹਦਾ ਭੱਜ ਗਿਆ ਕਿਉਂਕਿ ਪਤਾ ਵੀ ਕੋਈ ਸਬੂ ਸ਼ਰਧਾਈ ਦੀ ਰੈਡੀ ਲਾਉਨੇ ਆ ਤਾਂ ਕੋਈ ਇਹਦਾ ਮਤਲਬ ਤਾਂ ਇਹੀ ਹੋਏ ਵੀ ਜੋ ਕੀਰਤੀ ਸਿੱਖ ਹੈ ਕੀਰਤੀ ਸਿੱਖ ਆਪਣੇ ਗੁਰੂਪ੍ਰੀ ਸਚੇਤ ਹੈ ਜੇ ਤਾਂ ਕੋਈ ਦੋ ਰਾਇ ਨਹੀਂ ਹੈ ਪਰ ਉਹਨੂੰ ਇਹ ਬਿਆਨ ਨਹੀਂ ਦੇਣ ਚਾਹੀਦੇ ਸਾਡਾ ਇੱਕੋ ਇੱਕ ਸੁਝਾਅ ਸਾਰੇ ਫਿਲਮੀ ਜਗਤ ਨੂੰ ਜੇ ਉਹ ਕਹਿੰਦਾ ਵੀ 30 35 ਫਿਲਮਾਂ ਦਾ ਪੁਰਾਣਾ ਰੈਫਰੈਂਸ ਹੈ ਵੀ ਇਦਾਂ ਹੁੰਦਾ ਆ ਰਿਹਾ ਅਸੀਂ ਸਾਰੇ ਫਿਲਮੀ ਜਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸ੍ਰੀ ਕਾਲ ਤੱਕ ਸਹਿਤ ਨਵਾਂ ਨਸਤਮਸਤਕ ਹੋਵੋ ਤੇ ਉੱਥੇ ਦੀ ਪ੍ਰਬੰਧਕ ਟੀਮ ਨਾਲ ਆਪਣਾ ਜੋ ਵੀ ਰਾਬਤਾ ਕਾਇਮ ਕਰੋ ਤੇ ਅਗਲੇ ਹੱਲ ਬਾਰ ਬਧੋ ਤੇ ਇਹੀ ਹੱਲ ਹੈ ਉਸ ਤੋਂ ਬਾਅਦ ਤੁਹਾਡਾ ਰੋਜ਼ ਲੜਾਈ ਝਗੜੇ ਤੋਂ ਖਤਮ ਖਾਤਮ ਕਰੋਗੇ ਤਾਂ ਤੁਹਾਡਾ ਰੋਜ਼ ਕੋਈ ਨਾ ਕੋਈ ਲੜਾਈ ਝਗੜਾ ਹੋਊਗਾ ਤੋਂ ਇਸ ਦਾ ਇੱਕੋ ਹੀ ਹੱਲ ਹੈ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਅਤੇ ਇਸ ਦਾ ਹੱਲ ਕਢਵਾਓ ਜੀ ਤੇ ਇਸ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਤੋਂ ਵੱਲੋਂ ਆਈ ਕਮੇਟੀ ਨੇ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਹੈ ਗੱਲਬਾਤ ਹੋਈ ਹੈ ਉਸ ਦੇ ਵਿੱਚ ਕੀ ਕੁਝ ਰਿਹਾ ਹੈ ਕੀ ਕੁਝ ਤੁਹਾਡੇ ਵੱਲੋਂ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਜਾਂ ਫਿਰ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਜਿਹੜਾ ਉਹਨਾਂ ਨੇ ਤੁਹਾਨੂੰ ਦੁਆਰਾ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਜਦੋਂ ਦੋਹਾਂ ਧਿਰਾਂ ਨੂੰ ਉੱਥੇ ਇਕੱਠਾ ਬਿਠਾਇਆ ਜਾਊਗਾ ਕਿਤੇ हां जी ਉਹ ਸਾਨੂੰ ਸਾਡੇ ਬਿਆਨ ਲੈ ਗਏ ਆ ਜੋ ਕੁਝ ਵੀ ਉੱਥੇ ਹੋਇਆ ਉਸ ਦਿਨ ਅਸੀਂ ਸਭ ਬਿਆਨ ਲਿਖਾਤੇ ਸਭ ਕੋ ਦਸਤਾਫਾ ਫੁਟੇਜ ਸਾਡੇ ਕੋਲ ਜੋ ਸਬੂਤ ਸੀ ਅਸੀਂ ਸਭ ਉਹਨਾਂ ਨੂੰ ਦੇਤੇ ਤੇ ਹੁਣ ਉਹਨਾਂ ਨੇ ਉਹ ਦੂਜੇ ਧਿਰ ਦੇ ਵੀ ਬਿਆਨ ਲੈ ਲਏ ਪੁਲਿਸ ਦੇ ਵੀ ਲੈ ਲਏ ਪ੍ਰਸ਼ਾਸਨ ਦੇ ਬਿਆਨ ਲੈ ਲਏ ਤੇ ਹੁਣ ਉਹਦੇ ਰਹਿ ਗਏ ਸੀ ਜਰਨਲ ਸਿੰਘ ਦੇ ਉਹ ਗਿਆ ਭੱਜ ਡਰਦਾ ਉਹ ਡਰਦਾ ਹੁਣ ਭੱਜ ਗਿਆ ਤੇ ਹੁਣ ਜਿਸ ਦਿਨ ਉਹ ਆਊਗਾ ਤੇ 12 ਦਿਨ ਬਾਅਦ ਕਹਿੰਦੇ ਆ ਤੇ ਸਾਨੂੰ ਕਹਿ ਕੇ ਉੱਥੇ ਕਮੇਟੀ ਵਾਲੇ ਕਹਿ ਕੇ ਗਏ ਨੇ ਵੀ ਤੁਹਾਨੂੰ ਕੱਲ ਤੱਕ ਸਾਥ ਤੇ ਬੁਲਾਵਾਂਗੇ ਵੀ ਉੱਥੇ ਰੈ ਲਈ ਜਾਊਗੀ ਵੀ ਕੀ ਕਰਦਾ ਕਿ ਨਹੀਂ ਵੀ ਸਾਨੂੰ ਉਹ ਫਿਰ ਦੱਸਣਗੇ ਸਾਨੂੰ ਯਕੀਨ ਆ ਵੀ ਉਹ ਇਹ ਜਿਹਾ ਕੋਈ ਗਲਤ ਨਹੀਂ ਹੋਣ ਦੇਣਗੇ ਤੇ ਬਾਕੀ ਰਹੀ ਗੱਲ ਹੁਣ ਸਾਡੇ ਇਤਿਹਾਸ ਚ ਕੋਈ ਨੱਚਣ ਗਾਉਣਾ ਟੱਪਣ ਵਾਲਾ ਤਾਂ ਕੋਈ ਸਾਡਾ ਵਿਰਸਾ ਹੀ ਨਹੀਂ ਹੈਗਾ ਇਹਨਾਂ ਨੇ ਨਾ ਨਚਾਰਾਂ ਦੇ ਜਾਣ ਬੁੱਝ ਕੇ ਸਾਡੇ ਨਾ ਪੀੜੀ ਨੂੰ ਉਧਰ ਨੂੰ ਧੱਕਤਾ ਨਸ਼ੇੜੀਆਂ ਵੱਲੀ ਆ ਨੱਚਣ ਗਾਉਣ ਵੱਲੀ ਸਾਡਾ ਨੱਚਣ ਗਾਉਣ ਦਾ ਕੋਈ ਇਤਿਹਾਸ ਨਹੀਂ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਮਹਾਰਾਜ ਨੇ ਪਰ ਇਹਨਾਂ ਨੇ ਸਾਨੂੰ ਹਨਾ ਵਿਸਾਖੀ ਨੂੰ ਵੀ ਨੱਚਣ ਗਾਉਣ ਦਾ ਭੰਗੜੇ ਢੋਲ ਟਮਕਿਆਂ ਦਾ ਜੋੜਤਾ ਸਾਡਾ ਉਹ ਤਾਂ ਕੋਈ ਇਤਿਹਾਸ ਹੀ ਨਹੀਂ ਹੈ ਕਿ ਸਾਡਾ ਤਾਂ ਕਿ ਇਤਿਹਾਸ ਸੀਗਾ ਗੁਰੂ ਮਹਾਰਾਜ ਜੀ ਨੇ ਪੰਜ ਸੀਸ ਲਏ ਸਿੰਘ ਸਜ ਪ੍ਰਗਟ ਕੀਤਾ ਕਾਲ ਛਾਪਰਗੜ ਕੀਤਾ ਇਹਨਾਂ ਨੇ ਸਾਨੂੰ ਵਿਸਾਖੀ ਨੂੰ ਸਾਡੀ ਨੂੰ ਨੱਚਣ ਗਾਉਣ ਟੱਪਣ ਬੱਲੀ ਲਾਤਾ ਇਹ ਸਕੂਲਾਂ ਦੀ ਬਹੁਤ ਗਲਤ ਗੱਲ ਆ ਸਕੂਲਾਂ ਵਾਲੇ ਵੀ ਇਦਾਂ ਹੀ ਕਰਦੇ ਨੇ ਵਿਸਾਖੀ ਨੂੰ ਜਵਾਕਾਂ ਨੂੰ ਕਹਿੰਦੇ ਆ ਤੁਸੀਂ ਆਓ ਭੰਗੜੇ ਪਾਓ ਗਾ ਕਰੋ ਇਹ ਸਭ ਇਹਨਾਂ ਨੂੰ ਟੀਵੀ ਵਾਲਿਆਂ ਨੂੰ ਦੇਖ ਕੇ ਫਿਲਮ ਗਾਉਣ ਵਾਲਿਆਂ ਨੂੰ ਦੇਖ ਕੇ ਇਹਨਾਂ ਨੇ ਸਾਡਾ ਇਤਿਹਾਸ ਬਿਲਕੁਲ ਖਤਮ ਕਰਤਾ ਬਿਲਕੁਲ ਸੋਇ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਘਟਨਾ ਵਾਪਰਦੀ ਆ ਉਸ ਘਟਨਾ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਸੀਮੋਟੋ ਲੈ ਜਾਂਦਾ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਦਖਲ ਇਸ ਮਸਲੇ ਦੇ ਵਿੱਚ ਦਿੱਤੀ ਗਈ ਹੈ ਅਕਾਲ ਤਖਸਾਲ ਸਾਹਿਬ ਦੇ ਉੱਤੇ ਦੁਬਾਰਾ ਜਿਹੜੀ ਹੈ ਉਸ ਫਿਲਮ ਐਕਟਰ ਦੇ ਸਮੀਤ ਜੋ ਜਰਨੈਲ ਸਿੰਘ ਆ ਉਸ ਦੇ ਸਮੀਤ ਦੁਬਾਰਾ ਜਿਹੜਾ ਇਹਨਾਂ ਨੂੰ 12 ਦਿਨਾਂ ਬਾਅਦ 13 ਦਿਨਾਂ ਬਾਅਦ ਸੱਦਾ ਦਿੱਤਾ ਜਾਏਗਾ ਉਸ ਤੋਂ ਬਾਅਦ ਉਸ ਕਮੇਟੀ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਉਮੀਨ ਲੱਗਦਾ ਹੈ ਕਿ ਪੂਰੇ ਫਿਲਮ ਜਗਤ ਨੂੰ ਉਸ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਅੱਗੇ ਸ਼ੂਟਿੰਗਾਂ ਦੇ ਵੱਲ ਵਧਣਾ ਚਾਹੀਦਾ ਹੈ ਇਹ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸ਼ਬਦ ਵਰਤੇ ਜਾ ਰਹੇ ਨੇ ਡੰਮੀ ਵਰਗਾ ਸ਼ਬਦ ਵਰਤਿਆ ਗਿਆ ਇਸ ਨੂੰ ਲੈ ਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਜ਼ਰੂਰ ਗੰਭੀਰਤਾ ਵਿਖਾਉਣਗੇ